ਤੁਹਾਡਾ ਤੇ ਅੱਜ ਜੋ ਤੁਹਾਡੇ ਵੱਲੋਂ ਪੈਦਲ ਮਾਰਚ ਕੀਤਾ ਜਾ ਰਿਹਾ ਹੈ, ਕੀ ਹੈ ਮਾਰਚ ਸਰ? ਸਾਡਾ ਮੇਰਾ ਨਾਮ ਡਾਕਟਰ ਮਹੀਪਾਲ ਸਿੰਘ, ਸੰਸਥਾਪਕ ਰਾਸ਼ਟਰੀ ਬਿਹਾਰ ਵਿਕਾਸ ਮੰਚ ਰਜਿਸਟਰਡ ਪੰਜਾਬ। ਅੱਜ ਦਾ ਸਾਡਾ ਇਹ ਮਕਸਦ ਹੈ ਕਿ ਸਾਡਾ, ਕਿਉਂਕਿ ਸਾਡੀ ਜੇ ਸੰਸਥਾ ਹੈ ਇਹ 2014 ਦੇ ਵਿੱਚ, ਮਤਲਬ ਉਹਨਾਂ ਨਾਲ ਕੇਜਰੀਵਾਲ ਸਾਹਿਬ ਦੇ ਘਰ ਉੱਥੇ ਇਹਨਾਂ ਨੂੰ ਜੁਆਇਨ ਕੀਤਾ ਸੀ ਜਾਂ ਜੁਆਇਨ ਕਰਵਾਇਆ ਸੀ। ਉਸ ਵੇਲੇ ਸਾਡੇ ਜਿਹੜੇ ਹੈਗੇ ਸੀ ਸੰਸਥਾਪਕ ਉਹ ਹੈਗੇ ਸੀ, ਨਾਲ ਹੀ ਮੇਰਾ ਸਾਥੀ ਸੀ ਉਹ, ਮਤਲਬ ਕਿ ਭਗਤ ਜੀ। ਅਤੇ ਅਸੀਂ ਉਦੋਂ ਉਹਨਾਂ ਦੀ ਸੋਚ ਦੇਖੀ ਸੀ, ਉਹਨਾਂ ਦੀ ਸੋਚ ਬਹੁਤ ਚੰਗੀ ਹੈ, ਉਹਨਾਂ ਦੀ ਸੋਚ ਗਰੀਬਾਂ ਵਾਸਤੇ ਹੈ, ਉਹਨਾਂ ਦੀ ਸੋਚ ਚਾਹੁੰਦੇ ਸੀ ਕਿ ਗਰੀਬਾਂ ਦੇ ਬੱਚੇ ਪੜ੍ਹ ਜਾਣ, ਉਹਨਾਂ ਦੀ ਇਹ ਸੋਚ ਹੈ ਕਿ ਇਹਨਾਂ ਦੀ ਹੈਲਥ ਇਸ਼ੂ ਕੋਈ ਨਾ, ਮਤਲਬ ਕਿ ਰਹੇ, ਇਹ ਸਾਰੇ ਰਿਮੂਵ ਹੋ ਜਾਣ, ਵਧੀਆ ਵਧੀਆ ਹਸਪਤਾਲ ਬਣਾ ਦਿੱਤੇ ਜਾਣ, ਬਾਕੀ ਬੱਤੀ ਫਰੀ ਹੋ ਜਾਵੇ, ਪਾਣੀ ਫਰੀ ਹੋ ਜਾਵੇ। ਇਸ ਕਰਕੇ ਅੱਜ ਦੂਸਰੀਆਂ ਸਰਕਾਰਾਂ ਜਿਹੜੀਆਂ ਨਾ ਉਹ ਆਮ ਆਦਮੀ ਪਾਰਟੀ ਦੇ ਸਾਡੇ ਸੁਪਰੀਮੋ ਨੂੰ ਅੰਦਰ ਕਰ ਰਹੀਆਂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਜਦੋਂ ਸਾਡੀ ਸੁਪਰੀਮੋ ਨੂੰ ਹੱਥ ਪਿਆ, ਤਾਂ ਇਸ ਕਰਕੇ ਸਾਡਾ ਵਰਕਰ ਵੀ ਜਿਹੜਾ ਨਾ, ਅਸੀਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਸਾਰੇ ਬਾਹਰ ਆ ਗਏ ਹਾਂ। ਹੁਣ ਅਸੀਂ ਇਹ ਜਿਹੜਾ ਇੱਥੋਂ ਲੈ ਕੇ ਅਤੇ ਗੋਲਡਨ ਗੇਟ ਤੱਕ ਸਾਡੇ, ਮਤਲਬ ਨਹਿਰ ਤੋਂ ਲੈ ਕੇ ਗੋਲਡਨ ਗੇਟ ਤੱਕ ਸਾਡਾ ਮਾਰਚ ਪੈਦਲ ਮਾਰਚ ਹੋਏਗਾ। ਉਸ ਤੋਂ ਬਾਅਦ ਜੇ ਅਗਰ ਸਰਕਾਰ ਉਹਨਾਂ ਨੂੰ ਰਿਹਾਅ ਨਹੀਂ ਕਰੇਗੀ, ਤਾਂ ਉਸ ਤੋਂ ਅਗਲਾ ਜਿਹੜਾ ਸਾਡਾ ਹੈਗਾ ਉਹ ਦਿੱਲੀ ਹੋਏਗਾ। ਕਿ ਦਿੱਲੀ ਜਾ ਕੇ ਵੀ ਪ੍ਰਦਰਸ਼ਨ ਕੀਤਾ? ਪ੍ਰਦਰਸ਼ਨ ਬਿਲਕੁਲ ਜੀ, ਪ੍ਰਦਰਸ਼ਨ ਕਰਾਂਗੇ। ਅੱਜ ਕਿੰਨੀ ਕੁ ਗਿਣਤੀ 'ਚ? ਅੱਜ 2000, ਉਸ ਤੋਂ ਬਾਅਦ 3 ਗੁਣਾ ਚੱਲੇਗਾ ਜੀ ਸਾਡਾ। ਕੀ ਲੱਗਦਾ ਕਿ ਪੂਰਾ ਦਬਾਅ ਬਣੇਗਾ ਤੁਹਾਡੇ ਮਾਰਚ? ਪੂਰਾ ਜੀ, ਕਿਉਂ ਨਹੀਂ, ਸਾਡੇ ਜਦੋਂ ਵਰਕਰ ਦਾ ਦਬਾਅ ਬਣ ਗਿਆ ਤਾਂ ਫਿਰ ਤਾਂ ਸਾਰਾ ਕੁਛ ਆ, ਵਰਕਰ ਖੁਦ ਆ ਗਿਆ ਬਾਹਰ। ਹੁਣ ਵਰਕਰ ਇਹ ਕਰਕੇ ਹੁਣ ਬਾਹਰ ਆਉਣਾ ਹੀ ਪਏਗਾ ਸਾਰੇ ਵਰਕਰਾਂ ਨੂੰ। ਮੇਰਾ ਨਾਮ ਰੋਹਿਤ ਸਿੰਘ ਹੈ। ਜੀ ਇਹ ਆਪਾਂ ਮੋਰਚਾ ਕੱਢ ਰਹੇ ਹਾਂ ਸਾਡੀ ਆਮ ਪਾਰਟੀ ਦੀ, ਆਮ ਵਰਕਰ ਸਾਡੇ ਨੇ ਬਹੁਤ ਧੱਕਾ ਹੋ ਰਿਹਾ ਆਮ ਪਾਰਟੀ ਨਾਲ, ਕਿਉਂਕਿ ਇਮਾਨਦਾਰ ਸਰਕਾਰ ਸਾਡੀ ਚੱਲਣ ਨਹੀਂ ਦੇ ਰਹੇ, ਠੀਕ ਹੈ ਜੀ। ਇਹਦੇ ਕਰਕੇ ਅਸੀਂ ਮੋਰਚਾ ਕੱਢਦੇ ਪਏ ਹਾਂ, ਜਿੱਥੋਂ ਤੱਕ ਹੋਏਗਾ ਸਾਡਾ ਉੱਥੋਂ ਫੋਕਲ ਪੁਆਇੰਟ ਤੋਂ ਲੈ ਕੇ ਗੋਲਡਨ ਗੇਟ ਤੱਕ ਆਪਾਂ ਕਰਾਂਗੇ। ਦੂਸਰਾ ਸਾਡਾ ਟਾਰਗੇਟ ਹੋਏਗਾ ਦਿੱਲੀ ਤੱਕ ਦਾ, ਠੀਕ ਹੈ ਜੀ। ਬਿਲਕੁਲ ਆਮ ਵਰਕਰ ਹੈ ਸਾਰੇ, ਫੈਕਟਰੀ ਦੇ ਵਰਕਰ ਆਪਾਂ ਇਕੱਠੇ ਹੋਏ ਹਾਂ, ਜਿੰਨਾ ਤੱਕ ਹੋ ਸਕਦਾ ਉਹਨਾਂ ਤੱਕ ਅਸੀਂ ਕਰਾਂਗੇ। ਵੱਧ ਤੋਂ ਵੱਧ ਬਹੁਤ ਧੱਕਾ ਆਮ ਪਾਰਟੀ ਨਾਲ ਕਰ ਰਹੇ। ਇਹ ਇਸ ਮਾਰਚ ਦੇ ਨਾਲ ਆਮ ਲੋਕਾਂ ਤੱਕ ਕੀ ਮੈਸੇਜ ਜਾਏਗਾ ਤੇ ਕੀ ਲੱਗਦਾ ਕਿ ਇਸ ਨਾਲ ਸਰਕਾਰਾਂ ਤੇ ਦਬਾਅ ਬਣੇਗਾ? ਬਹੁਤ ਜ਼ਿਆਦਾ ਬਣੇਗਾ ਜੀ, ਥੋੜਾ ਬਹੁਤਾ ਨਹੀਂ, ਬਹੁਤ ਆਮ ਬੰਦੇ ਵਰਕਰ ਦੇ ਕਰਕੇ ਹੀ ਇਹ ਪਾਰਟੀ ਬਣਦੀ ਹੈ। ਕੋਈ ਵੀ ਚੀਜ਼ ਗਰੀਬ ਬੰਦਾ ਹੀ ਦਿੰਦਾ ਕਿ ਮੈਨੂੰ ਸੁੱਖ ਮਿਲੇ, ਕੋਈ ਚੀਜ਼ ਸਾਨੂੰ ਸੁਵਿਧਾ ਮਿਲੇ, ਪਰ ਇਹ ਆਮ ਪਾਰਟੀ ਨੂੰ ਹੀ ਦਵਾ ਰਹੇ ਆ, ਗਰੀਬ ਬੰਦੇ ਨੂੰ ਧੱਕਾ ਕਰਦੇ ਬਿਲਕੁਲ। ਜੋ ਇਹ ਤੁਹਾਡਾ ਮਾਰਚ ਹੈ, ਇਸ ਵਿੱਚ ਕੋਈ ਮੰਤਰੀ ਜਾਂ ਕੋਈ MLA ਵੀ ਆ ਰਿਹਾ ਜਾਂ ਸਿਰਫ ਵਰਕਰ ਹੀ? ਨਹੀਂ ਜੀ, ਆਪਾਂ ਵਰਕਰ ਸਾਰੇ ਆ, ਜਿੰਨੇ ਤਕਰੀਬਨ ਟੋਟਲ ਜਿੰਨਾ ਜ਼ੋਰ ਸੋੜਨਾ ਆਪਾਂ ਬਿਲਕੁਲ ਹੈਗੇ ਹਾਂ ਆਪਾਂ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਆਮ ਪਾਰਟੀ ਆਪਾਂ ਹੀ ਵਰਕਰ, ਆਪਾਂ ਹੀ ਮੰਤਰੀ ਸਭ। ਠੀਕ, ਹਾਂਜੀ।